ਸਤਿ ਸ੍ਰੀ ਅਕਾਲ ਦਿਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਦਿਵਾਨਾ ਲਓ ਦੋਸਤੋ ਅੱਜ ਤੁਹਾਨੂੰ ਕਹਾਣੀ ਸੁਣਾਉਣੇ ਹਰਜੀਤ ạtਵਾਲ ਦੀ ਕਹਾਣੀ ਹੈ ਕਾਲਾ ਲਹੂ ਪ੍ਰਵਾਸੀ ਪੰਜਾਬੀਆਂ ਦੀਆਂ ਇਹ ਹੱਡੀ ਹੰਡਾਈਆਂ ਕਹਾਣੀਆਂ ਨੇ ਤੇ ਇਹਨਾਂ ਦੇ ਵਿੱਚੋਂ ਕਈ ਉਸ ਤਰ੍ਹਾਂ ਦੇ ਵਰਤਾਰੇ ਸਾਨੂੰ ਸੁਭਾਬਕ ਮਿਲ ਜਾਂਦੇ ਨੇ ਜੋ ਸ਼ਾਦ ਅਸੀਂ ਸੋਚੇ ਵੀ ਨਹੀਂ ਹੁੰਦੇ ਇਦਾਂ ਦੀ ਕਹਾਣੀ ਹੈ ਕਾਲਾ ਲਹੂ ਲਿਖਤਮ ਹਰਜੀਤ ạtਵਾਲ ਇਹ ਉਸਦੀ ਬੜੀ ਪੁਰਾਣੀ ਖਾਹਿਸ਼ ਸੀ ਕਦੇ-ਕਦੇ ਉਹ ਸੋਚਦਾ ਸੀ ਕਿ ਉਸ ਵੇਲੇ ਉਹ ਕਿਵੇਂ ਮਹਿਸੂਸ ਕਰੇਗਾ ਜਦੋਂ ਬਗਾਨੀਆਂ ਰਗਾਂ ਦੇ ਵਿੱਚ ਉਸ ਦਾ ਖੂਨ ਦੌੜੇਗਾ ਉਸ ਦਾ ਖੂਨ ਕਿਸੇ ਦੀ ਉਮਰ ਵਧਾਏਗਾ ਤਾਂ ਉਸ ਨੂੰ ਆਪਣੇ ਖੂਨ ਤੇ ਮਾਣ ਹੋਵੇਗਾ ਤੇ ਜਦੋਂ ਖੂਨ ਦੇ ਅਜਾਨੇ ਦੇ ਵਿੱਚ ਉਸ ਨੂੰ ਕੋਈ ਅਸੀਸ ਦੇਵੇਗਾ ਦੁਆ ਦੇਵੇਗਾ ਤਾਂ ਉਸ ਅਸੀਸ ਨੂੰ ਕਿਵੇਂ ਕਬੂਲੇਗਾ ਇਹ ਸਵਾਲ ਉਸ ਦੇ ਜ਼ਿਹਨ ਚ ਅਕਸਰ ਉੱਠਦਾ ਕਈ ਲੋਕ ਖੂਨ ਦੇਣ ਵਾਲੇ ਆਉਂਦੀ ਕਬਰਾਂਡ ਦੀਆਂ ਗੱਲਾਂ ਕਰਦੇ ਤਾਂ ਉਸ ਨੂੰ ਬਿਲਕੁਲ ਚੰਗੇ ਨਾ ਲੱਗਦੇ ਸਗੋ ਤੇ ਸੋਚਦਾ ਕਿ ਇਹ ਮਾਨ ਕਿਉਂ ਨਹੀਂ ਕਰਦੇ ਖੂਨਦਾਨ ਦੇਣ ਤੇ ਕਿ ਉਹਨਾਂ ਨੇ ਖੂਨਦਾਨ ਦੇ ਕੇ ਕਿਸੇ ਦੀ ਜ਼ਿੰਦਗੀ 'ਚ ਵਾਅਦਾ ਕੀਤਾ ਤੇ ਕਈ ਵਾਕਫਕਾਰਾਂ ਨੂੰ ਤਾਂ ਉਹ ਇੱਥੋਂ ਤੱਕ ਵੀ ਕਹਿ ਦਿੰਦਾ ਕਿ ਖੂਨ ਦੇਣਾ ਬੁਰੀ ਚੀਜ਼ ਨਹੀਂ ਹੈ ਖੂਨਦਾਨ ਦੇਣਾ ਉਹ ਤਮਦਾਨ ਹੈ ਸਗੋ ਡਾਕਟਰ ਤਾਂ ਕਹਿੰਦੇ ਨੇ ਕਿ ਖੂਨ ਦਿੰਦੇ ਰਹਿਣਾ ਚਾਹੀਦਾ ਤੁਸੀਂ ਤਾਂ ਐਦਾਂ ਘਬਰਾਉਂਦੇ ਹੋ ਜਿੱਦਾਂ ਤੁਹਾਡੇ ਕੋਈ ਲੱਤ ਵੱਢ ਚੱਲੀ ਹੋਵੇ ਪਰ ਖੂਨਦਾਨ ਕਰਨ ਦੀ ਉਸ ਦੀ ਆਪਣੀ ਕਦੇ ਖਾਹਿਸ਼ ਪੂਰੀ ਨੇਸੀ ਹੋਈ ਉਸ ਦੇ ਦਾਇਰੇ ਦੇ ਵਿੱਚ ਅਗਰ ਕੋਈ ਬਿਮਾਰ ਹੁੰਦਾ ਤਾਂ ਉਹ ਭੱਜ ਕੇ ਖੂਨਦਾਨ ਦੇਣ ਦੀ ਤਮੰਨਾ ਦਾ ਇਜ਼ਹਾਰ ਕਰਦਾ ਪਰ ਇਤਫਾਕਨ ਕਿਸੇ ਨੂੰ ਖੂਨ ਲੈਣ ਦੀ ਜ਼ਰੂਰਤ ਹੀ ਨਾ ਪਈ ਕਈ ਵਾਰ ਉਸਨੇ ਬਲੱਡ ਬੈਂਕ ਨੂੰ ਵੀ ਖੂਨਦਾਨ ਕਰਨ ਬਾਰੇ ਮਨ ਬਣਾਉਣ ਦਾ ਯਤਨ ਕੀਤਾ ਕਿ ਕਿਸੇ ਬਲੱਡ ਬੈਂਕ ਨੂੰ ਖੂਨਦਾਨ ਕੀਤਾ ਜਾਵੇ ਪਰ ਉਸ ਨੂੰ ਪਤਾ ਸੀ ਕਿ ਉੱਥੇ ਸਿਰਫ ਵੱਡੇ ਬੰਦਿਆਂ ਨੂੰ ਹੀ ਖੂਨ ਮਿਲਦਾ ਹੈ ਗਰੀਬ ਨੂੰ ਤਾਂ ਉਵੇਂ ਖੂਨ ਤੋਂ ਬਿਨਾ ਤੜਫਦਾ ਮਰ ਜਾਂਦੇ ਨੇ ਇਹ ਉਸਨੇ ਸੁਣਿਆ ਸੀ ਇਸ ਲਈ ਉਹ ਬਲੱਡ ਬੈਂਕ ਨੂੰ ਇਸ ਕਰਕੇ ਖੂਨ ਨਹੀਂ ਸੀ ਦੇਣਾ ਚਾਹੁੰਦਾ ਕਿ ਬਲੱਡ ਬੈਂਕ ਵਾਲੇ ਸਿਰਫ ਅਮੀਰਾਂ ਨੂੰ ਖੂਨ ਦਿੰਦੇ ਨੇ ਤੇ ਗਰੀਬਾਂ ਨੂੰ ਨਹੀਂ ਦਿੰਦੇ ਇਸ ਲਈ ਉਹ ਕਿਸੇ ਜਿਹੇ ਵਿਅਕਤੀ ਨੂੰ ਖੂਨਦਾਨ ਕਰਨਾ ਸੋਚਦਾ ਸੀ ਜਿਸ ਕੋਲ ਪੈਸੇ ਨਾ ਹੋਣ ਤੇ ਜਿਸ ਦੀ ਪਹੁੰਚ ਦੇ ਵਿੱਚ ਖੂਨ ਲਵਾਉਣ ਦੀ ਸਮਰੱਥਾ ਵੀ ਨਾ ਹੋਵੇ ਸੋ ਨਾ ਤਾਂ ਕੋਈ ਜ਼ਰੂਰਤਵੰਦ ਉਸ ਤੱਕ ਕਦੇ ਪੁੱਜਾ ਤੇ ਨਾ ਹੀ ਉਸਨੇ ਕਦੇ ਹਸਪਤਾਲ ਅੱਗੇ ਖੜੇ ਹੋ ਕੇ ਆਪਣਾ ਖੂਨਦਾਨ ਦੇਣ ਦਾ ਹੌਕਾ ਦਿੱਤਾ ਇੰਗਲੈਂਡ ਆ ਕੇ ਵੀ ਉਸ ਦੀ ਇਹ ਖੂਨਦਾਨੀ ਬਣਦੀ ਖਾਹਿਸ਼ ਉਸ ਨੂੰ ਭੁੱਲੀ ਨਹੀਂ ਸੀ ਦੋ ਤਿੰਨ ਵਾਰ ਉਸਦੇ ਖਾਸ ਰਿਸ਼ਤੇਦਾਰ ਗੰਭੀਰ ਬਿਮਾਰ ਹੋਏ ਪਰ ਜਿੰਨੀ ਵਾਰੀ ਵੀ ਉਸਨੇ ਆਪਣਾ ਖੂਨਦਾਨ ਦੇਣ ਦੀ ਗੱਲ ਕੀਤੀ ਡਾਕਟਰ ਕਹਿ ਦਿੰਦੇ ਖੂਨ ਦੀ ਜ਼ਰੂਰਤ ਨਹੀਂ ਹੈ ਤੇ ਉਹ ਬਸ ਉਸਿਆ ਜਮਹ ਲੈ ਕੇ ਆਖਰ ਵੇਹ ਜਾਂਦਾ ਕਮਤੇ ਉਸਨੇ ਇੱਕ ਵਾਰ ਨੋਟਸ ਪੜ੍ਹਿਆ ਕਿ ਹਸਪਤਾਲ ਵੱਲੋਂ ਇੱਕ ਟੀਮ ਖੂਨਦਾਨ ਦੇ ਸਿਲਸਲੇ ਵਿੱਚ ਆ ਰਹੀ ਹੈ ਤੇ ਜਿਸਨੇ ਖੂਨ ਦਾਨ ਦੇਣਾ ਹੋਵੇ ਉਹ ਨਾਮ ਲਿਖਵਾ ਦੇ ਉਹ ਚਾਈ ਚਾਈ ਆਪਣਾ ਨਾਮ ਲਿਖਵਾਉਣ ਦੇ ਲਈ ਗਿਆ ਇੰਡੀਆ ਵਰਗੀ ਹਿਰਾਫਰੀ ਦੀ ਆਸ ਇਸ ਮੁਲਕ ਦੇ ਵਿੱਚ ਨਹੀਂ ਸੀ ਇੱਥੇ ਇਨਸਾਫ ਦੀ ਉਮੀਦ ਵਧੇਰੇ ਸੀ ਉਸਨੇ ਆਪਣੇ ਕੁਝ ਇੱਕ ਪੰਜਾਬੀ ਦੋਸਤਾਂ ਨਾਲ ਖੂਨਦਾਨ ਦੇਣ ਦੀ ਗੱਲ ਥੋਰੀ ਪਰ ਉਹ ਮਜ਼ਾਕ ਦਾ ਵਿਸ਼ਾ ਬਣ ਕੇ ਰਹਿ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਗੱਲਾਂ ਦੇ ਵਿੱਚ ਹੀ ਤਾਰੀਖ ਲੰਘ ਗਈ ਤੇ ਤਿੰਨ ਚਾਰ ਮਹੀਨੇ ਬਾਅਦ ਫਿਰ ਨੋਟਸ ਲੱਗਿਆ ਖੂਨਦਾਨ ਦੇਣ ਦਾ ਤੇ ਇਸ ਵਾਰ ਉਸਨੇ ਬਿਨਾਂ ਕਿਸੇ ਨਾਲ ਸਲਾਹ مشورہ ਕੀਤੇ ਜਾਂ ਜਾ ਕੇ ਸਵੰਦਤ ਕਲਾਰਕ ਨੂੰ ਖੂਨਦਾਨੀ ਦੇ ਤੌਰ ਤੇ ਆਪਣਾ ਨਾਮ ਲਿਖਵਾ ਦਿੱਤਾ ਪਰ ਉਸ ਨੂੰ ਫਿਰ ਮਜੂਸੀ ਦਾ ਮੂੰਹ ਦੇਖਣਾ ਪਿਆ ਜਿਨ੍ਹਾਂ ਦਿਨਾਂ ਦੇ ਵਿੱਚ ਉਸਨੇ ਖੂਨਦਾਨ ਦੇਣਾ ਸੀ ਉਹਨੇ ਦਿਨ ਉਹ ਬਿਮਾਰ ਪੈ ਗਿਆ ਤੇ ਕੰਮ ਤੇ ਜਾਣ ਦੇ ਸਮਰੱਥ ਨਾ ਹੋਇਆ ਤੇ ਖੂਨ ਦਾਨ ਨਾ ਕਰ ਸਕਿਆ ਆਖਰ ਜਦੋਂ ਹਸਪਤਾਲ ਵੱਲੋਂ ਖੂਨ ਦਾਨ ਦੇਣ ਸੰਬੰਧੀ ਧੰਨਵਾਦ ਦਾ ਨੋਟਿਸ ਲੱਗਾ ਤਾਂ ਪੜ੍ਹ ਕੇ ਉਸ ਦਾ ਮਨ ਬੇਚੈਨ ਹੋ ਗਿਆ ਕਿ ਜੇਕਰ ਉਹ ਬਿਮਾਰ ਨਾ ਹੁੰਦਾ ਤਾਂ ਹਸਪਤਾਲ ਵਾਲਿਆਂ ਨੇ 296 ਪਿੰਟ ਖੂਨ ਦੀ ਥਾਂ 297 ਪਿੰਟ ਖੂਨ ਦੇਣ ਦਾ ਧੰਨਵਾਦ ਕਰਨਾ ਸੀ ਕਿਉਂਕਿ ਉਹ ਗੈਰਹਾਜ਼ਰ ਸੀ ਉਸ ਨੂੰ ਆਪਣੀ ਗੈਰਹਾਜ਼ਰੀ ਤੇ ਗਮ ਹੋਇਆ ਇਹ ਸੋਚ ਕੇ ਉਸਨੇ ਮਨ ਨੂੰ ਤਸੱਲੀ ਜ਼ਰੂਰ ਸੀ ਕਿ ਅਗਲੀ ਵਾਰੀ ਉਹ ਕਿਸੇ ਵੀ ਕੀਮਤ ਤੇ ਖੂਨਦਾਨ ਦੇਣ ਤੋਂ ਨਹੀਂ ਹੁਕੇਗਾ ਤੇ ਖੂਨਦਾਨੀਆਂ ਦੀ ਸੂਚੀ ਦੇ ਵਿੱਚ ਉਸਦਾ ਨਾਮ ਵੀ ਸ਼ਾਮਲ ਹੋਏਗਾ। ਤਿੰਨ ਚਾਰ ਮਹੀਨੇ ਬਾਅਦ ਖੂਨਦਾਨ ਲੈਣ ਦੇ ਲਈ ਆਉਣ ਵਾਲੀ ਟੀਮ ਨੇ ਫਿਰ ਮੋੜ ਫੇਰੀ ਪਾਈ। ਸੁਪਰਵਾਈਜ਼ਰ ਤੋਂ ਟਾਈਮ ਆਫ ਲੈ ਕੇ ਉਹ ਸਟਾਫ ਆਲਵਲ ਚਲਾ ਗਿਆ ਜਿੱਥੇ ਖੂਨਦਾਨ ਲਿਆ ਜਾ ਰਿਹਾ ਸੀ। ਕਾਫੀ ਵੱਡੀ ਲਾਈਨ ਲੱਗੀ ਸੀ। ਉਹ ਇਸ ਲਾਈਨ ਦੀ ਇੱਕ ਕੜੀ ਬਣ ਕੇ ਜੁੜ ਗਿਆ। ਉਸਨੇ ਧਿਆਨ ਨਾਲ ਡੇਗਾ ਮਾਰੀ ਤੇ ਸਾਰੇ ਪਾਸੇ ਚਿੱਟਾ ਰੰਗ ਹੀ ਖਿਲਰਿਆ ਪਿਆ ਸੀ ਆਪਣਾ ਰੰਗ ਨਾ ਦੇਖ ਕੇ ਉਸ ਨੂੰ ਬੜੀ ਨਵੋਸ਼ੀ ਹੋਈ ਜਾਨੀ ਆਪਣਾ ਉਸ ਦਾ ਕੋਈ ਭਾਈਵੰਦ ਨਹੀਂ ਸੀ ਉੱਥੇ ਖੂਨਦਾਨ ਦੇਣ ਵਾਲਿਆਂ ਦੇ ਵਿੱਚ ਕੁਝ ਪਲਾਂ ਲਈ ਤਾਂ ਉਸ ਤਾਂ ਮਨ ਉਦਾਸ ਹੋ ਗਿਆ ਫਿਰ ਸ਼ੰਕਾ ਦੂਰ ਕਰਨ ਲਈ ਉਸਨੇ ਲਾਈਨ ਦੁਬਾਰ ਹੋ ਕੇ ਧਿਆਨ ਨਾਲ ਵੇਖਿਆ ਤੇ ਅਗਲੇ ਬੰਦਿਆਂ ਦੇ ਵਿੱਚ ਇੱਕ ਪਟੇਲ ਤੇ ਦੋ ਮਧਰੇ ਕੱਦ ਦੇ ਨਿਗਰੋ ਨਜ਼ਰ ਆਏ ਤੇ ਉਹਨਾਂ ਦੇ ਮਨ ਨੂੰ ਉਸਦੇ ਮਨ ਨੂੰ ਫਿਰ ਥੋੜਾ ਜਿਹਾ ਤਰਵਾਸ ਹੋਇਆ ਪੰਜਾਬੀ ਬੰਦਿਆਂ ਪ੍ਰਤੀ ਉਸ ਨੂੰ ਹਾਲੇ ਵੀ ਇਰਖ ਸੀ ਜੋ ਗੱਲਾਂ ਦੇ ਵਿੱਚ ਤਾਂ ਸਭ ਤੋਂ ਅੱਗੇ ਨੇ ਪਰ ਅਜੇਹੇ ਪੁੰਨ ਦੇ ਮੌਕੇ ਪੰਜਾਬੀ ਪੈਰ ਪਛਾਂ ਖਿੱਚਦੇ ਨੇ ਯਾਨੀ ਖੂਨ ਦਾ ਨਹੀਂ ਕੋਈ ਨਹੀਂ ਸੀ ਜਦੋਂ ਕਿ ਇਸ ਦਫ਼ਤਰ ਦੇ ਵਿੱਚ ਘੱਟੋ ਘੱਟ 2-300 ਪੰਜਾਬੀ ਕੰਮ ਕਰਦੇ ਨੇ ਜਿੱਥੇ ਉਹ ਕੰਮ ਕਰਦਾ ਸੀ ਬਾਕੀ ਸਭ ਨੂੰ ਪਛਾਂ ਛੱਡਦਿਆਂ ਉਹ ਆਪਣੇ ਆਪ ਨੂੰ ਗੌਰਵਸ਼ਾਲੀ ਮਹਿਸੂਸ ਕਰ ਰਿਹਾ ਸੀ ਹੱਸਤਾ-ਹੱਸਤਾ ਲੈਨ ਅੱਗੇ ਵਧਦੀ ਗਈ ਤੇ ਉਹ ਵੀ ਅੱਗੇ ਤੁਰਦਾ ਗਿਆ ਤੇ ਉਹ ਖੂਨਦਾਨ ਕਰਨ ਵਾਲਿਆਂ ਦੀ ਲਾਈਨ 'ਚ ਲੱਗੇ ਇੱਕ ਗੋਰੇ ਗੰंजे ਕੋਲ ਪੁੱਜਾ ਜੋ ਨਾਂ ਦਰਜ ਕਰਕੇ ਫਾਰਮ ਭਰ ਰਿਹਾ ਸੀ ਆਪਣਾ ਫਾਰਮ ਲੈ ਕੇ ਉਹ ਨੇੜੇ ਬੈਠੀ ਨਰਸ ਕੋਲ ਗਿਆ ਤੇ ਉਸਨੇ ਨਰਸ ਦੇ ਹੱਥ ਦੇ ਵਿੱਚ ਆਪਣਾ ਫਾਰਮ ਫੜਾਇਆ ਤੇ ਨਰਸ ਨੇ ਖੱਬੇ ਹੱਥ ਦੀ ਵਿੱਚਕਾਰਲੀ ਉਂਗਲ ਦੇ ਵਿੱਚੋਂ ਉਸਤੇ ਖੂਨ ਦਾ ਇੱਕ ਤੁਪਕਾ ਲੈ ਕੇ ਸਿਰਿੰਜ ਵਿੱਚ ਪਾਇਆ ਫਿਰ ਤੇਜਾਬ ਵਾਲੇ ਜਾਰ ਦੇ ਵਿੱਚ ਪਾ ਦਿੱਤਾ ਤੇ ਜਦੋਂ ਉਸਤੇ ਖੂਨ ਦਾ ਤੁਪਕਾ ਹੌਲੀ-ਹੌਲੀ ਜਾਰ ਦੇ ਧੁਰ ਥੱਲੇ ਤੱਕ ਉਤਰ ਗਿਆ ਤਾਂ ਨਰਸ ਨੇ ਫਾਰਮ ਤੇ ਸਹੀ ਪਾ ਕੇ ਫਾਰਮ ਉਸ ਨੂੰ ਵਾਪਸ ਕਰ ਦਿੱਤਾ ਲਗਭਗ ਉਸੇ ਵੇਲੇ ਪਰਦੇ ਦੇ ਅੰਦਰੋਂ ਇੱਕ ਬੜੀ ਪਿਆਰੀ ਗੋਰੀ ਨਰਸ ਪ੍ਰਗਟ ਹੋਈ ਤੇ ਉਹ ਉਸ ਨੂੰ ਇਸ਼ਾਰੇ ਨਾਲ ਠਾ ਕੇ ਅੰਦਰ ਲੈ ਗਈ ਉਸ ਨੇ ਫਾਰਮ ਉਸ ਦੇ ਹੱਥੋਂ ਫਾਰਮ ਫੜ ਲਿਆ ਤੇ ਉੱਚੇ ਜਿਹੇ ਹਸਤਾਲੀ ਬਿਸਤਰ ਤੇ ਉਸ ਨੂੰ ਲੰਮਾ ਪਾ ਲਿਆ ਮੁਸਕਰਾਹਟ ਦੇਣ ਦੀ ਗੋਰੀ ਨੇ ਬਲੱਡ ਪ੍ਰੈਸ਼ਰ ਉਸ ਦਾ ਚੈੱਕ ਕੀਤਾ ਉਸ ਨੂੰ ਗੋਰੀ ਨਰਸ ਦੀ ਸ਼ੂ ਬੜੀ ਪਿਆਰੀ ਲੱਗ ਰਹੀ ਸੀ ਉਸ ਦੇ ਗਲ ਦੇ ਵਿੱਚ ਸਥੈਥੋਸਕੋਪ ਪਾਈ ਡਾਕਟਰ ਗੋਰੀ ਵੀ ਉਸ ਦੇ ਨੜੇ ਆਈ ਤੇ ਉਸ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਮੁਸਕਰਾਈ ਕੋਣੀ ਕੋਲ ਬਾਹਰ ਨੱਪ ਕੇ ਨਾੜ ਫੁਲਾ ਲਈ ਤੇ ਵਿੱਚ ਹੌਸਤਾ ਜਿਹਾ ਖੂਨ ਲੈਣ ਵਾਸਤੇ ਸੂਈ ਘੱਡ ਦਿੱਤੀ ਗਈ ਤੇ ਹੁਣ ਉਹ ਮਹਿਸੂਸ ਕਰਦਾ ਸੀ ਕਿ ਉਸ ਦਾ ਖੂਨ ਪਾਈਪਾਂ ਰਾਹੀਂ ਥੱਲੇ ਬੋਤਲ ਦੇ ਵਿੱਚ ਪੁੱਜ ਰਿਹਾ ਹੈ ਤੇ ਓਟ ਕੇ ਦੇਖਣਾ ਚਾਹੁੰਦਾ ਸੀ ਪਰ ਉਹ ਦੇਖ ਨਹੀਂ ਸਕਦਾ ਉਸ ਨੂੰ ਅਜੀਬ ਜਿਹੀ ਰਾਹਤ ਮਿਲ ਰਹੀ ਸੀ ਪਰ ਉਹ ਆਪਣਾ ਖੂਨ ਨਿਕਲਦਾ ਦੇਖ ਨੇ ਸੀ ਸਕਦਾ ਜੋ ਦੇਖਣਾ ਚਾਹੁੰਦਾ ਸੀ ਕੋਲ ਖੜੀ ਨਰਸ ਨੇ ਉਸ ਵਾਰ ਪ੍ਰੋਫੈਸ਼ਨਲ ਮੁਸਕਰਾਹਟ ਛੱਡੀ ਤੇ ਉਹ ਬੋਲੀ ਪਹਿਲੀ ਵਾਰੀ ਖੂਨ ਦੇ ਰਿਹਾ ਤੇ ਉਹ ਹਾਂ ਉਹ ਵੀ ਤੇਰੇ ਵਰਗੀ ਪਿਆੜੀ ਪਿਆਰੀ ਕੁੜੀ ਨੂੰ ਘਬਰਾਹਟ ਤਾਂ ਨਹੀਂ ਉਸ ਮੋੜ ਪਛਾ ਨਹੀਂ ਨਹੀਂ ਸਗੋ ਚੰਗਾ ਲੱਗ ਰਿਹਾ ਨਰਸ ਬੋਲੀ ਬਹੁਤ ਚੰਗੀ ਗੱਲ ਹੈ ਕਹਿ ਕੇ ਉਹ ਕੋਈ ਧੰਗ ਗੜਾ ਕੇ ਖੜੀ ਖੜੀ ਡਾਂਸ ਦੇ ਅਭਿਨੈ ਦੇ ਵਿੱਚ ਹਿੱਲਣ ਲੱਗੀ ਤਾਂ ਉਹ ਨਰਸ ਉਸ ਨੂੰ ਕੋਈ ਪਰਿਮੁਲਕ ਦੀ ਸ਼ਹਿਜ਼ਾਦੀ ਲੱਗ ਰਹੀ ਸੀ ਤੇ ਫਿਰ ਉਸਨੇ ਅਗਾ ਗੱਲ ਤੋਰੀ ਤੂੰ ਹਰ ਇੱਕ ਵਾਰ ਇੱਥੇ ਆਉਣੀ ਹੈ ਉਹ ਬੋਲੀ ਤਕਰੀਬਨ ਫਿਰ ਤਾਂ ਮੈਂ ਹਰ ਇੱਕ ਵਾਰ ਹੀ ਆਇਆ ਕਰੂੰ ਪਰ ਸ਼ਰਤ ਇਹ ਹੈ ਕਿ ਸਿਰਫ ਤੂੰ ਹੀ ਮੇਰਾ ਖੂਨ ਲਵੇਂ ਤੇ ਮੈਂ ਇਸੇ ਤਰ੍ਹਾਂ ਪਿਆ ਹੋਵਾਂ ਤੂੰ ਇਸੇ ਤਰ੍ਹਾਂ ਚੁੱਕੀ ਹੋਵੇਂ ਬਿਲਕੁਲ ਮੇਰੇ ਚਿਹਰੇ ਤੇ ਨੂੰ ਗੋਰੀ ਨਰਸੋਸ ਦੀ ਗੱਲ ਸੁਣ ਕੇ ਸ਼ਰਮਾ ਗਈ ਪਲਾਂ ਵਿਲਾਇਤੀ ਸਮਾਜ ਦੇ ਵਿੱਚ ਅਜਿਹੇ ਇਸ਼ਕ ਮੰਜਾਬੀ ਵਾਰਤਾਲਾਪਾਂਵੇਂ ਉਪਰੇ ਨਹੀਂ ਸਗੋਂ ਸਭ ਇੱਕ ਗਿਣੇ ਜਾਂਦੇ ਨੇ ਫਿਰ ਵੀ ਉਹ ਕੁੜੀ ਲੋੜ ਤੋਂ ਜ਼ਿਆਦਾ ਹੀ ਸ਼ਰਮਾ ਰਹੀ ਸੀ ਉਸ ਦੀ ਗੱਲ ਤੇ ਉਸ ਨੇ ਫਿਰ ਉਸ ਨੂੰ ਪੁੱਛਿਆ ਤੁਸੀਂ ਕਿਹੜੇ ਹਸਪਤਾਲ ਤੋਂ ਆਉਂਦੇ ਹੋ ਇਸ ਵਾਇਰ ਹਸਪਤਾਲ ਤੋਂ ਨਰਸ ਨੇ ਸੰਖੇਪ ਜਵਾਬ ਦਿੱਤਾ ਬੜੀ ਦੂਰੋਂ ਹੁੰਦੇ ਹੋ ਇਸ ਇਲਾਕੇ ਦੇ ਵਿੱਚ ਮੁੱਖ ਖੂਨਦਾਨ ਕੇਂਦਰ ਉਹੀ ਹੈ ਤੇ ਅਸੀਂ ਬੜੀ ਦੂਰ ਤੱਕ ਜਾਂਦੇ ਹਾਂ ਗੋਰੀ ਨੇ ਲੰਮਾ ਜਵਾਬ ਦਿੱਤਾ ਤੂੰ ਬਹੁਤ ਖੂਬਸੂਰਤ ਹੈ ਕਿਹੜੇ ਇਲਾਕੇ ਚ ਰਹਿਣੀ ਹੈ ਉਹ ਬੋਲੀ ਇਜ਼ਵਾਰ ਦੇ ਵਿੱਚ ਹੀ ਮੈਂ ਹੋਰ ਪਾਸੇ ਰਹਿੰਦਾ ਹਾਂ ਜੇ ਨੇੜੇ ਹੁੰਦਾ ਤਾਂ ਕਿਸੇ ਸ਼ਾਮ ਤੈਨੂੰ ਬਾਹਰ ਲੈ ਕੇ ਜਾਂਦਾ ਔਰ ਗੋਰੀ ਨਰਸ ਮੁਸਕਰਾਈ ਸ਼ੁਕਰੀਆ ਉਹ ਫਿਰ ਇੱਕ ਵਾਰੀ ਸ਼ਰਮਾ ਗਈ ਤੇ ਉਸਨੇ ਝੁੱਕ ਕੇ ਬੋਤਲ ਵਾਲ ਵੇਖਿਆ ਜੋ ਖੂਨ ਨਾਲ ਭਰ ਚੁੱਕੀ ਸੀ ਉਸਨੇ ਹੌਲੀ ਜਹੀ ਬਾਹ ਦੇ ਵਿੱਚੋਂ ਸੂਈ ਕੱਢੀ ਤੇ ਜ਼ਖਮ ਵਾਲੀ ਜਗ੍ਹਾ ਤੇ ਰੂਹ ਨਾਲ ਪਹੁੰਚ ਕੇ ਟੇਪ ਲਗਾ ਦਿੱਤੀ ਤੇ ਬੋਲੀ ਹੁਣ ਜਾ ਕੇ ਉਸ ਬੈੱਡ ਤੇ 15 ਮਿੰਟ ਆਰਾਮ ਕਰੋ ਉਹ ਬੜੇ ਫਖਰ ਨਾਲ ਉੱਠਿਆ ਤੇ ਹੱਟਵੇਂ ਪੈ ਬੈੱਡ ਤੇ ਪੈ ਗਿਆ ਤੇ ਕੁਝ ਪਲ ਲਈ ਉਸਨੇ ਉਸ ਨਰਸ ਬਾਰੇ ਸੋਚਿਆ ਉਸ ਨਾਲ ਹੋਈਆਂ ਗੱਲਾਂ ਦੇ ਭਾਵੇਂ ਖਾਸ ਮਾਨੇ ਨਹੀਂ ਸੀ ਤੇ ਉਹ ਆਮ ਕੁੜੀਆਂ ਨਾਲ ਅਜਿਹੀਆਂ ਗੱਲਾਂ ਕਰ ਵੀ ਲੈਂਦਾ ਸੀ ਫਿਰ ਵੀ ਉਸ ਨਰਸ ਦੇ ਵਿੱਚ ਉਸ ਨੂੰ بڑا ਆਕਰਸ਼ਣ ਨਜ਼ਰ ਆਇਆ ਜੋ ਹੋਰ ਕੁੜੀਆਂ ਤੋਂ ਅਲੱਗ ਸੀ ਉਹੀ ਉਸਤੇ ਮਨ ਤੇ ਸ਼ਾਨ ਬਣ ਕੇ ਰਹਿ ਗਿਆ ਤੇ ਫਿਰ ਛੇਤੀ ਹੀ ਉਸਨੇ ਆਪਣਾ ਧਿਆਨ ਖੂਨਦਾਨ ਦੇ ਵਿਸ਼ੇ ਵੱਲ ਬਦਲ ਲਿਆ ਤੇ ਜਿਸ ਤੇ ਉਹ ਫਖਰ ਮਹਿਸੂਸ ਕਰ ਰਿਹਾ ਸੀ ਉਸਨੇ ਆਪਣੇ ਰੰਗ ਦਾ ਮਾਣ ਵਧਾਇਆ ਨਹੀਂ ਤੇ ਗੋਰੇ ਲੋਕ ਇਹੀ ਸਮਝਦੇ ਨੇ ਕਿ ਇੰਡੀਆ ਬਰਤਾਨੀਆਂ ਲਈ ਅਰਪਤ ਨਹੀਂ ਹੈ ਇਹ ਇੱਥੇ ਰਹਿ ਕੇ ਵੀ ਇੰਡੀਆ ਬਾਰੇ ਸੋਚਦੇ ਨੇ ਇੰਗਲੈਂਡ ਦੇ ਸੱਭਿਆਚਾਰ ਤੇ ਸਿਆਸਤ ਨਾਲ ਇਹ ਇੰਡੀਅਨ ਲੋਕ ਨਹੀਂ ਜੁੜਦੇ ਹੁਣ ਉਹ ਖੂਨਦਾਨ ਕਰਨ ਤੇ ਵੱਧ ਤੋਂ ਵੱਧ ਕੋਈ ਕੀ ਅਰਪਤ ਕਰ ਸਕਦਾ ਉਸਨੇ ਦੋਸਤਾਂ ਵਿੱਚ ਕਈ ਵਾਰੀ ਖੂਨ ਦੇਣ ਦੀ ਗੱਲ ਆਨੇ ਬਹਾਨੇ ਸੁਣਾਈ ਪਰ ਕਿਸੇ ਨੇ ਵੀ ਉਸਤੇ ਖੂਨਦਾਨੀ ਕਰਨ ਦੀ ਗੱਲ ਤੇ ਦਿਲਚਸਪੀ ਨਾ ਦਿਖਾਈ ਤੇ ਆਕੇ ਉਸਨੇ ਆਪ ਹੀ ਇਸ ਗੱਲ ਦਾ ਜ਼ਿਕਰ ਕਰਨਾ ਛੱਡ ਦਿੱਤਾ ਕੁਝ ਦਿਨ ਬਾਅਦ ਨੀਲੇ ਰੰਗ ਦਾ ਕਾਰਡ ਬਣ ਕੇ ਉਸਤੇ ਘਰ ਆ ਗਿਆ ਉਹ ਕਿੰਨਾ ਚਿਹਰੇ ਖੂਨਦਾਨ ਪੱਤਰ ਨੂੰ ਬੜੇ ਫਖਰ ਨਾਲ ਨਿਹਾਰਦਾ ਰਿਹਾ ਉਸ ਦਾ ਬਲੱਡ ਗਰੁੱਪ O ਪੋਜ਼ਿਟਿਵ ਸੀ ਜੋ ਕਾਫੀ ਸਾਰੇ ਗਰੁੱਪਾਂ ਨਾਲ ਮੇਲ ਖਾ ਸਕਦਾ ਸੀ ਯਾਨੀ ਕਈਆਂ ਦੇ ਕੰਮ ਆ ਸਕਦਾ ਸੀ ਇਸ ਇਹ ਗੱਲ ਉਸ ਦੇ ਲਈ ਹੋਰ ਵੀ ਖੁਸ਼ੀ ਤੇ ਫਖਰ ਦੀ ਸੀ ਉਸ ਦਾ ਖੂਨ ਬਹੁਤ ਸਾਰੇ ਲੋਕਾਂ ਲਈ ਵਰਤਿਆ ਜਾ ਸਕਦਾ ਸੀ ਉਹ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਸੀ ਉਸ ਨੂੰ ਇਸ ਗੱਲ ਤੇ ਡਾਢਾ ਮਾਣ ਹੋਇਆ ਤੇ ਉਹ ਕਈ ਦਿਨ ਕਾਰਡ ਜੇਬ ਦੇ ਵਿੱਚ ਪਾ ਕੇ ਘੁੰਮਦਾ ਰਿਹਾ ਉਸ ਦਾ ਦਿਲ ਕਰਦਾ ਸੀ ਕਿ ਇਹ ਕਾਰਡ ਕਿਸੇ ਨੂੰ ਦਿਖਾਵੇ ਖਾਸ ਤੌਰ ਤੇ ਗੋਰਿਆਂ ਨੂੰ ਆਪਣੇ ਖੂਨ ਦੀ ਵਿਸ਼ੇਸ਼ਤਾ ਦੱਸੇ ਪਰ ਉਹ ਚੁੱਪ ਰਿਹਾ ਕਿਉਂ ਕਿਦਰੇ ਮਜ਼ਾਕ ਦਾ ਪਾਤਰ ਨਾ ਬਣ ਜਾਵੇ ਇੱਕ ਦਿਨ ਅਚਾਨਕ ਉਸ ਦਾ ਕੋਈ ਰਿਸ਼ਤੇਦਾਰ ਬਿਮਾਰ ਪੈ ਗਿਆ ਤੇ ਐਬੂਲੈਂਸ ਵਿੱਚ ਉਸ ਨੂੰ ਹਸਪਤਾਲ ਲੈ ਜਾਣਾ ਪਿਆ ਸਿਸ਼ਾਚਾਰ ਦੇ ਤੌਰ ਤੇ ਉਹ ਵੀ ਰਿਸ਼ਤੇਦਾਰ ਦੀ ਖਬਰ ਲੈਣ ਲਈ ਆਪਣਾ ਫਰਜ਼ ਸਮਝਦਾ ਹੋਇਆ ਉੱਥੇ ਗਿਆ ਜਦੋਂ ਉਸ ਨੂੰ ਪਤਾ ਚੱਲਿਆ ਕਿ ਇਹ ਰਿਸ਼ਤੇਦਾਰ ਅਜਵਾਰ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਉਸ ਨੂੰ ਇੱਕਦਮ ਉਹੀ ਗੋਰੀ ਨਰਸ ਐਨ ਨਜ਼ਰ ਆਈ ਜਿਸ ਨੇ ਉਸ ਦਾ ਖੂਨ ਲਿਆ ਸੀ ਐਨ ਦਾ ਨਾਮ ਉਸਨੇ ਉਸਦੇ ਬੈਜ ਤੋਂ ਪੜ੍ਹਿਆ ਸੀ ਆਕਰਸ਼ਨ ਹੀ ਉਸਦੇ ਜਿਹਨ ਦੇ ਵਿੱਚ ਐਨ ਦਾ ਅਜੇ ਤੱਕ ਚਿਪਕਿਆ ਪਿਆ ਸੀ ਮਰੀਦ ਦੀ ਖਬਰ ਸਾਰ ਪੁੱਛਣ ਦੀ ਰਸਮ ਤੋਂ ਬਾਅਦ ਉਸਨੇ ਉਸ ਅਜਵਾਰ ਹਸਪਤਾਲ ਦੇ ਵਿੱਚ ਉਸ ਗੋਰੀ ਨਰਸ ਐਨ ਦੀ ਭਾਲ ਸ਼ੁਰੂ ਕਰ ਦਿੱਤੀ ਸੋਭਨ ਐਨ ਉਸ ਨੂੰ ਜਲਦੀ ਮਿਲ ਪਈ ਐਨ ਨੇ ਉਸ ਨੂੰ ਪਹਿਲੀ ਨਜ਼ਰ ਦੇ ਵਿੱਚ ਨਹੀਂ ਸੀ ਪਛਾਣਿਆ ਸ਼ਾਇਦ ਇਸ ਕਰਕੇ ਕਿ ਉਸ ਦਾ ਤਾਂ ਅਨੇਕ ਚਿਹਰਿਆਂ ਨਾਲ ਰੋਜ਼ਾਨਾ ਬਾਪ ਪੈਂਦਾ ਹੋਵੇਗਾ ਜਦੋਂ ਉਹ ਖੂਨਦਾਨ ਲੈਣ ਜਾਂਦੀ ਹੈ ਪਰ ਜਦੋਂ ਹੈਲੋ ਹੋਈ ਤਾਂ ਐਨ ਯਾਦ ਕਰਕੇ ਮੁਸਕਰਾ ਪਈ ਤੇ ਬੋਲੀ ਤੂੰ ਕਿੱਧਰ ਮਿਸਟਰ ਸਿੰਘ ਉਹ ਬੋਲਿਆ ਮੈਂ ਤੇਰਾ ਪਿੱਛਾ ਕਰਦਾ ਆ ਗਿਆ ਮੇਰਾ ਖੂਨ ਕੱਢ ਕੇ ਤੂੰ ਕਿਵੇਂ ਲੁਕੇਗੀ ਉਸਨੇ ਥੋੜਾ ਆਪਣਤ ਨਾਲ ਇਹ ਗੱਲ ਆਖੀ ਮੈਂ ਕਿਹੜੀ ਅੰਗਰੇਜ਼ਾਂ ਕਿ ਮੈਨੂੰ ਫੋਨ ਪਿੰਣ ਦੀ ਆਦਤ ਹੈ ਮੈਂ ਤਾਂ ਆਇਰਿਸ਼ ਹਾਂ ਐਨ ਬੋਲੀ ਐਨ ਰਾਸੀ ਤੌਰ ਤੇ ਬੜੀ ਸचेत ਕੁੜੀ ਜਾਪਦੀ ਸੀ ਆਇਰਿਸ਼ ਲੋਕਾਂ ਦੇ ਮਨ ਦੇ ਵਿੱਚ ਵੀ ਅੰਗਰੇਜ਼ ਕੌਮ ਨਾਲ ਇਤਿਹਾਸਿਕ ਹਿਰਖ ਹੈ ਸਾਡੇ ਭਾਰਤੀਆਂ ਵਾਂਗੀ ਤੇ ਉਹਨਾਂ ਤੇ ਵੀ ਇਹਨਾਂ ਨੇ ਬਹੁਤ ਜ਼ੁਲਮ ਕੀਤੇ ਤੇ ਹਾਲੇ ਵੀ ਕਰ ਰਹੇ ਨੇ ਆਇਰਿਸ਼ ਲੋਕਾਂ ਦਾ ਸੁਭਾਅ ਪੰਜਾਬੀਆਂ ਨਾਲ ਕਾਫੀ ਮੇਲ ਖਾਂਦਾ ਹੈ ਉਹਨਾਂ ਦੀਆਂ ਹੋਰ ਗੱਲਾਂ ਚੱਲੀਆਂ ਤੇ ਐਨ ਅਤੇ ਉਸ ਦੇ ਦਰਮਿਆਨ ਨੇੜਤਾ ਵਧ ਗਈ ਤੇ ਅਗਲੀ ਸ਼ਾਮ ਉਹਨਾਂ ਨੇ ਬਾਹਰ ਜਾਣ ਦਾ ਪ੍ਰੋਗਰਾਮ ਵੀ ਬਣਾ ਲਿਆ ਭਾਵੇਂ ਇਹਦਾ ਫਲੈਟ ਉਸਦੇ ਘਰ ਤੋਂ ਕਾਫੀ ਦੂਰ ਸੀ ਫਿਰ ਉਹ ਵੀ ਫਿਰ ਵੀ ਉਹ ਘੁੰਮ ਘੁਮਾ ਕੇ ਪੁੱਜ ਗਿਆ ਐਨ ਵਰਗੀ ਸੁੰਦਰ ਕੁੜੀ ਦਾ ਸਾਥ ਮਾਨਣ ਲਈ ਇੰਨੀ ਕਿ ਤਕਲੀਫ ਤਾਂ ਬਣਦੀ ਹੈ ਜਾਇਜ਼ ਹੈ ਉਸ ਨੇ ਉਹ ਐਨ ਨੂੰ ਨੇੜੇ ਦੇ ਕਿੰਡੀਆਂ ਰੈਸਟੋਰੈਂਟ ਦੇ ਵਿੱਚ ਲੈ ਗਿਆ ਤੇ ਥੋੜੀ ਦੇਰ ਬਾਅਦ ਹੀ ਗੱਲ ਉਸ ਦੇ ਖੂਨ દાન ਤੇ ਉਸ ਨੇ ਲੈ ਆਂਦੀ ਐਨ ਉਹ ਪੋਜ਼ਿਟਿਵ ਕਿਉ ਜਰ ਬਲੱਡ ਗਰੁੱਪ ਹੈ ਉਸ ਨੇ ਐਨ ਤੋਂ ਪੁੱਛਿਆ ਬੜਾ ਵਧੀਆ तकरीबन ਸਭ ਪਾਸੇ ਠੀਕ ਬੈਠਣ ਵਾਲਾ ਇਹ ਬਹੁਤ ਘੱਟ ਹੁੰਦੇ ਨੇ ਉਹ ਪੋਜ਼ਿਟਿਵ ਗਰੁੱਪ ਵਾਲੇ ਬੰਦੇ ਨੀਤਾ ਬਹੁਤ ਪੁੱਛ ਹੁੰਦੀ ਐ ਐਨ ਨੇ ਉਸ ਨੂੰ ਦੱਸਿਆ ਉਹ ਖੁਸ਼ੀ ਦੇ ਵਿੱਚ ਫੁੱਲਿਆ ਨਹੀਂ ਸੀ ਸਮਾਰਿਆ ਉਸ ਨੇ ਜੇਬ ਦੇ ਚ ਖੂਨਦਾਨ ਵਾਲਾ ਪੱਤਰ ਕੱਢਦੇ ਐ ਰੋਪ ਪਾਉਂਦੇ ਐਨ ਵੱਲ ਵਧਾਇਆ ਦੇਖ ਮੇਰਾ ਵੀ ਉਹ ਪੋਜ਼ਿਟਿਵ ਐ ਐਨ ਨੇ ਕਾਰਡ ਫੜਿਆ ਤੇ ਇੱਕ ਨਜ਼ਰ ਮਾਰ ਕੇ ਉਸ ਨੂੰ ਵਾਪਸ ਫੜਾਉਂਦੀ ਨੇ ਕਿਹਾ ਮੈਨੂੰ ਅਫਸੋਸ ਹੈ ਮਿਸਟਰ ਸਿੰਘ ਕਿ ਤੇਰਾ ਉਹ ਪੋਜ਼ਿਟਿਵ ਕਿਸੇ ਕੰਮ ਨਹੀਂ ਬਿਲਕੁਲ ਫਜ਼ੂਲ ਉਸ ਨੇ ਹੈਰਾਨੀ ਨਾਲ ਪੁੱਛਿਆ ਕਿਉਂ ਕਿਉਂਕਿ ਅ ਬਰਡ ਬਲੱਡ ਦੇ ਲੋਕ ਦਾ ਖੂਨ ਇੱਥੇ ਇਨਸਾਨੀ ਸਰੀਰਾਂ ਲਈ ਨਹੀਂ ਵਰਤਿਆ ਕਰਦੇ ਯੂਰਪ ਦੇ ਕਿਸੇ ਵੀ ਮੁਲਕ ਦੇ ਵਿੱਚ ਨਹੀਂ ਵਰਤਦੇ ਪਰ ਕਿਉਂ ਕਿਉਂਕਿ ਕਹਿੰਦੇ ਨੇ ਇਸ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਕੀ ਕਰਦੇ ਨੇ ਕਦੀ ਕਦੀ ਦਵਾਈਆਂ ਜਾਂ ਕੁਝ ਹੋਰ ਬਣਾ ਲੈਂਦੇ ਨੇ ਜਾਂ ਫਿਰ ਢੋਲ ਦਿੰਦੇ ਨੇ ਉਸ ਨੂੰ ਐਨ ਦੇ ਮੂੰਹੋਂ ਇਹ ਸੁਣ ਕੇ ਇੱਕ ਸਦਮਾ ਲੱਗਿਆ ਉਸਨੇ ਆਪਣਾ ਇੱਕ ਹੱਥ ਉਲਟਾ ਕੀਤਾ ਤੇ ਦੂਜਾ ਉਸ ਦੀਆਂ ਉਬਰੀਆਂ ਹੋਈਆਂ ਨੀਲੀਆਂ ਨਾੜਾਂ ਤੇ ਫੇਰਿਆ ਜਿਸ ਦੇ ਵਿੱਚ ਗਰਮ ਲਾਲ ਲਹੂ ਵਹਿ ਰਿਹਾ ਸੀ ਜਿਸ ਤੇ ਕਾਲਾ ਲਹੂ ਹੋਣ ਦਾ ਸਾਜ਼ਿਸ਼ ਭਰਿਆ ਦੋਸ਼ ਲੱਗ ਰਿਹਾ ਸੀ ਉਸ ਨੇ ਦੰਦ ਕਰੀਚੇ ਖੂਨਦਾਨ ਪੱਤਰ ਨੂੰ ਹੱਥ ਨਾਲ ਮਸਲ ਕੇ ਇਸ ਟ੍ਰੇ ਦੇ ਵਿੱਚ ਸੁੱਟ ਦਿੱਤਾ ਸੋ ਦੋਸਤੋ ਇਹ ਸੀ ਕਹਾਣੀ ਕਾਲਾ ਲਹੂ ਲਿਖਤਮ ਹਰਜੀਤ ਅਟਵਾਲ ਵਿਵਨਾਰਾਡੀ ਤੇ ਨਾ ਪ੍ਰੋਗਰਾਮ ਤੁਸੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣ ਸਕਦੇ ਹੋ ਆਪਣੀ ਵੈਬਸਾਈਟ @vivanaradi.com ਤੇ ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ ਇੰਸਟਾਲ ਕਰੋ ਵਿਵਨਾਰਾਡੀ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ ਲਾਈਕ ਕਰੋ ਬੈਲ ਆਈਕਨ ਦਬਾ ਦਿਓ ਇਸ ਤੋਂ ਇਲਾਵਾ ਫੇਸਬੁੱਕ ਦਾ ਫਾਲੋ ਬਟਨ ਤੇ ਲਾਈਕ ਦਾ ਬਟਨ ਦਬਾ ਦਿਓ ਫੇਸਬੁੱਕ ਦਾ ਤੇ YouTube ਦਾ ਤੁਸੀਂ ਲਿੰਕ ਆਪਣੇ WhatsApp ਉਹ ਨੰਬਰ ਤੇ ਮਗਵਾਨਾ ਤਾਂ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਉਹ ਆਪਣਾ WhatsApp ਗਰੁੱਪ ਨੰਬਰ ਉਸੇ ਨੰਬਰ ਤੇ ਬਣਿਆ ਹੋਇਆ ਜਿਸ ਨੰਬਰ ਤੇ ਤੁਸੀਂ ਪ੍ਰਾਮ ਦੇ ਵਿੱਚ ਕਾਲ ਕਰਦੇ ਹੋ ਉਹ ਨੰਬਰ ਹੈ 9876309655 9876309655 ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦੇਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ